ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਵਿੱਚ ਅਧਿਆਪਕ ਭਰਤੀ ਨੂੰ ਲੈ ਕੇ ਆ ਚੁੱਕਿਆ ਹੈ ਜੀ ਜਿਸ ਦੇ ਲਈ ਕਾਫੀ ਸਾਰੇ ਕੈਂਡੀਡੇਟ ਐਲੀਜੀਬਲ ਹੋਣ ਵਾਲੇ ਨੇ ਕਿਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਜੀ ਕੰਪਲੀਟ ਇਨਫੋਰਮੇਸ਼ਨ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਦੇਣਾ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਹਰ ਇੱਕ ਰ ਪੋਂ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਵੀ ਕਈ ਵੈਕੈਂਸੀਜ਼ ਜਿਹੜੀਆਂ ਨੇ ਜੀ ਉਹ ਆਊਟ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਸਾਰੀ ਇਨਫੋਰਮੇਸ਼ਨ ਤੁਸੀਂ ਉੱਥੋਂ ਲੈ ਸਕਦੇ ਹੋ ਜੀ ਸਾਡੇ ਚੈਨਲ ਪਲੱਸ ਸਾਡੀ ਵੈਬਸਾਈਟ ਜੋ ਕਿ meetacademy.xyz ਹੈ Google 'ਤੇ ਜਾ ਕੇ ਟਾਈਪ ਕਰੋਗੇ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਂਦੀ ਹੈ ਉੱਥੋਂ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਈਵਨ ਕਿ ਅਪਲਾਈ ਕਰਨ ਦਾ ਲਿੰਕ ਅਤੇ ਰਿਕਰੂਟਮੈਂਟ ਨੋਟੀਫਿਕੇਸ਼ਨ ਵੀ ਤੁਹਾਨੂੰ ਉੱਥੋਂ ਮਿਲਦਾ ਹੈ ਤੁਸੀਂ ਡਾਊਨਲੋਡ ਕਰਕੇ ਚੈੱਕ ਵੀ ਕਰ ਸਕਦੇ ਹੋ ਹਰ ਇੱਕ ਇਨਫੋਰਮੇਸ਼ਨ অথੈਨਟਿਕੇਟ ਹੁੰਦੀ ਹੈ ਜੀ ਚਾਹੇ ਯਾ ਗਵਰਨਮੈਂਟ ਦੀ ਕੋਈ ਵੀ ਅਨਾਊਂਸਮੈਂਟ ਹੋਵੇ ਸੋ ਸਾਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਵੀ ਤਿਆਰੀ ਕਰ ਰਹੇ ਹੋ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ ਚਲੋ ਹੁਣ ਮੈਂ ਤੁਹਾਨੂੰ ਲੈ ਚਲਦਾ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਜੋ ਕਿ ਭਰਤੀ ਨੂੰ ਲੈ ਕੇ ਆਈ ਹੋਈ ਹੈ ਜੀ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰਦੇ ਹਾਂ ਇਹਦੇ ਲਈ ਤੁਸੀਂ ਅਪਲਾਈ ਕਿੱਦਾਂ ਕਰਨਾ ਹੋਏਗਾ ਆਨਲਾਈਨ ਇਹਦੇ ਲਈ ਜਿਹੜਾ ਜੀ ਅਪਲਾਈ ਕਰਨਾ ਸਟਾਰਟ ਹੋ ਚੁੱਕਿਆ ਹੈ ਸਭ ਤੋਂ ਪਹਿਲਾਂ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਿੱਤਾ ਹੈ ਉੱਥੇ ਤੁਸੀਂ ਆਪਣੇ ਆਪ ਨੂੰ ਕਰਨਾ ਹੈ ਜੀ ਰਜਿਸਟਰਡ ਤੁਸੀਂ ਆਪਣਾ ਮੋਬਾਈਲ ਨੰਬਰ ਨੇਮ ਅਤੇ ਈਮੇਲ ਆਈਡੀ ਭਰ ਕੇ ਆਪਣੀ ਇਨਫੋਰਮੇਸ਼ਨ ਸੇਵ ਕਰਕੇ ਤੁਸੀਂ ਜਿਹੜਾ ਜੀ ਆਪਣੀ ਰਜਿਸਟਰਡ ਕਰ ਲੈਣਾ ਹੈ ਔਰ ਦੈਨ ਤੁਸੀਂ ਲੌਗ ਇਨ ਕਰਨਾ ਹੈ ਇਹ ਯੂਜ਼ਰ ਨੇਮ ਤੇ ਪਾਸਵਰਡ ਭਰ ਕੇ ਉਸ ਤੋਂ ਬਾਅਦ ਸਾਰੀ ਇਨਫੋਰਮੇਸ਼ਨ ਤੁਹਾਡੀ ਜਿਹੜੀ ਆਨਲਾਈਨ ਐਪਲੀਕੇਸ਼ਨ ਦੇ ਵਿੱਚ ਭਰਨੀ ਹੋਏਗੀ ਕੁਆਲੀਫਿਕੇਸ਼ਨ ਡਿਟੇਲ ਦੈਨ ਤੁਹਾਡੀ ਐਕਸਪੀਰੀਅੰਸ ਅਗਰ ਕੋਈ ਹੈਗਾ ਤਾਂ ਉਹ ਵੀ ਤੁਸੀਂ ਐਂਟਰ ਕਰ ਸਕਦੇ ਹੋ ਆਪਣੇ ਸਾਰੇ ਰੈਲੇਵੈਂਟ ਡਾਕੂਮੈਂਟਸ ਅਪਲੋਡ ਕਰਨੇ ਹੋਣਗੇ ਜੀ ਸੈਲਫ ਟੈਸਟਡ ਕਰਕੇ ਨਾਲ ਆਪਣੀ ਫੋਟੋਗ੍ਰਾਫ ਤੇ ਸਿਗਨੇਚਰ ਅਪਲੋਡ ਕਰਨੇ ਨੇ ਔਰ ਆਪ ਤੁਸੀਂ ਸਬਮਿਟ ਕਰ ਦੇਣਾ ਹੈ ਤੇ ਨਾਲ ਦੀ ਨਾਲ ਤੁਸੀਂ ਆਪਣੀ ਐਪਲੀਕੇਸ਼ਨ ਫੀ ਵੀ ਸਬਮਿਟ ਕਰਨੀ ਹੋਏਗੀ ਜੀ ਇਸ ਦੇ ਵਿੱਚ ਅਗਰ ਗੱਲ ਕਰੀ ਸਭ ਤੋਂ ਪਹਿਲਾਂ ਭਰਤੀ ਕਿਹੜੀ ਕਿਹੜੀ ਆਊਟ ਹੋਈਆਂ ਜੀ ਮਾਸਟਰ ਕਾਡਰ ਦੀਆਂ ਵੈਕੈਂਸੀਆਂ ਨੇ ਆਰਟ ਐਂਡ ਕਰਾਫਟ ਟੀਚਰ ਦੀਆਂ ਲੈਕਚਰਰ ਕਾਡਰ ਦੀਆਂ ਈਟੀਟੀ ਕਾਡਰ ਦੀਆਂ ਔਰ ਪੀਟੀਆਈ ਦੀਆਂ ਵੈਕੈਂਸੀਆਂ ਜਿਹੜੀਆਂ ਨੇ ਜੀ ਇਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਔਰ ਇਸ ਦੇ ਵਿੱਚ ਕੁਆਲੀਫਿਕੇਸ਼ਨ ਜਿਹੜੀ ਹੈ ਜੀ ਗ੍ਰੈਜੂਏਸ਼ਨ ਅਤੇ ਪੋਸ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਤੇ ਇਹਦੇ ਲਈ ਅਪਲਾਈ ਜਿਹੜੇ ਨੇ ਉਹ ਕਰ ਸਕਦੇ ਨੇ ਇਸ ਦੇ ਲਈ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਜੀ ਲਾਸਟ ਡੇਟ ਦੀ ਗੱਲ ਕਰਾਂ ਤਾਂ 10 ਮਾਰਚ ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਆਰਾਮ ਨਾਲ ਠੀਕ ਹੈ ਜੀ ਔਰ ਅਗਰ ਗੱਲ ਕਰੀਏ ਇਸ ਦੇ ਲਈ ਐਪਲੀਕੇਸ਼ਨ ਫੀ ਦੀ ਜਨਰਲ ਤੇ OBC ਦੇ ਲਈ 1500 ਰੁਪਿਆ ای ڈبلیو ایس ایس سی ایس ٹی ਕੈਂਡੀਡੇਟ ਦੇ ਲਈ 750 ਰੁਪਿਆ ਐਕਸ ਸਰਵਿਸ ਮੈਨ ਦੇ ਲਈ 500 ਰੁਪਿਆ ਤੁਹਾਨੂੰ ਜਿਹੜਾ ਜਿਹਦੇ ਲਈ ਭਰਨਾ ਪਏਗਾ ਇੱਥੇ ਤੁਸੀਂ ਨੋਟੀਫਿਕੇਸ਼ਨ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਤੇ ਇੱਥੇ ਤੁਸੀਂ ਡਾਇਰੈਕਟ ਜਿਹੜਾ ਹੈ ਜੀ ਅਪਲਾਈ ਵੀ ਕਰ ਸਕਦੇ ਹੋ ਲਿੰਕ ਮੈਂ ਤੁਹਾਨੂੰ ਦੇ ਦਿੱਤਾ ਹੈ ਉਸ ਤੋਂ ਬਾਅਦ ਇਹ ਨੋਟੀਫਿਕੇਸ਼ਨ ਜਿਹੜਾ ਐਜੂਕੇਸ਼ਨ ਰਿਕਰੂਟਮੈਂਟ ਡਾਇਰੈਕਟਿਡ ਵੱਲੋਂ ਆਊਟ ਕੀਤਾ ਗਿਆ ਹੈ ਜੀ ਜਿਸ ਦੇ ਵਿੱਚ ਮਾਸਟਰ ਕਲਾ ਅਰਟ ਕraft ਟੀਚਰ ਲੈਕਚਰ ਅਰ ਈ ਟੀ ਟੀ ਤੇ ਪੀ ਟੀ ਏ ਦੀ ਵੈਕੈਂਸੀ ਜਿਹੜੇ ਨੇ ਆਊਟ ਕੀਤੀਆਂ ਗਈਆਂ ਨੇ ਸੋ ਇਹ ਸੀਗਾ ਜੀ ਅੱਜ ਦਾ ਨੋਟੀਫ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤੁਸੀਂ ਤੁਸਾਂ ਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਸਾਰੀਆਂ ਵੈਕੈਂਸੀਸ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ